ਪੰਚਾਇਤੀ ਚੋਣਾਂ ਨੂੰ ਲੈ ਕੇ ਨਿਊਜ਼ 18 ਦੀ ਟੀਮ ਹੁਣ ਪਹੁੰਚੀ ਹੈ ਦੌਲਤਪੁਰਾ ਨੀਵਾਂ ਦੇ ਵਿੱਚ। ਪਿੰਡ ਦੌਲਤਪੁਰਾ ਨੀਵਾਂ ਦੇ ਚੌਂਕ ਦੇ ਵਿੱਚ ਖੜ੍ਹੇ ਹੈ, ਮੇਰੇ ਪਿੱਛੇ ਇੱਥੇ ਸੱਥ ਹੈ ਜਿੱਥੇ ਕਿ ਪਿੰਡ ਵਾਸੀ ਬੈਠੇ ਨੇ। ਇਹਨਾਂ ਪਿੰਡ ਵਾਸੀਆਂ ਨਾਲ ਗੱਲ ਕਰਾਂਗੇ ਕਿ ਪੰਚਾਇਤੀ ਚੋਣਾਂ ਤੋਂ ਲੈ ਕੇ ਕਿਸ ਤਰ੍ਹਾਂ ਦੀਆਂ ਉਮੀਦਾਂ ਨੇ ਔਰ ਕੀ ਕੰਮ ਹੈ ਜਿਹੜੇ ਪਿੰਡ ਦੇ ਪਹਿਲ ਦੇ ਆਧਾਰ 'ਤੇ ਹੋਣ ਵਾਲੇ ਆ, ਔਰ ਇੱਕ ਸਰਪੰਚ ਤੋਂ ਪਿੰਡ ਵਾਸੀਆਂ ਨੂੰ ਕੀ ਉਮੀਦਾਂ ਹੁੰਦੀਆਂ ਕਿ ਪਿੰਡ ਦੀਆਂ ਗਲੀਆਂ ਨਾਲੀਆਂ ਠੀਕ ਹੈ ਜਾਂ ਪਿੰਡ ਦੇ ਵਿੱਚ ਪੀਣ ਵਾਲੀ ਪਾਣੀ ਦੀ ਸਮੱਸਿਆ ਤਾਂ ਨਹੀਂ ਜਾਂ ਪਿੰਡ ਦੇ ਵਿੱਚ ਸੈਰਗਾਹ ਹੈ ਜਾਂ ਗਲੀਆਂ ਨਾਲੀਆਂ ਪੱਕੀਆਂ ਹੈ, ਕੀ ਸਮੱਸਿਆ ਇਹਨਾਂ ਪਿੰਡਾਂ ਦੀਆਂ ਇਹ ਲੋਕ ਜਿਹੜੇ ਆ ਇੱਥੇ ਬਹਿ ਕੇ ਡਿਸਕਸ ਕਰਦੇ ਨੇ, ਇਹਨਾਂ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਸਮੱਸਿਆ ਜਿਹੜੀਆਂ ਪਿੰਡਾਂ ਦੇ ਵਿੱਚ ਆਉਂਦੀਆਂ ਔਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਉਮੀਦਾਂ ਹੈ, ਕਿਉਂਕਿ ਪਿੰਡਾਂ ਦੇ ਵਿੱਚ ਜਦੋਂ ਪੰਚਾਇਤੀ ਚੋਣਾਂ ਆਉਂਦੀਆਂ ਤਾਂ ਇੱਕ ਪਿੰਡਾਂ ਦੇ ਵਿੱਚ ਪੰਚਾਇਤੀ ਦੀ ਇੱਕ ਆਪਣੀ ਸਰਕਾਰ ਚੁਣੀ ਜਾਂਦੀ ਹੈ, ਉਹ ਸਰਕਾਰ ਡਿਸਾਈਡ ਕਰਦੀ ਹੈ ਕਿ ਪਿੰਡਾਂ ਦੇ ਵਿੱਚ ਕੰਮ ਕਿਹੜੇ ਹੋਣੇ ਆ। ਲੋਕ ਨੇ ਇੱਥੇ ਬੈਠੇ ਉਹਨਾਂ ਨਾਲ ਗੱਲ ਕਰ ਲੈਂਦੇ ਆ। ਵੀਰ ਜੀ ਸਤਿ ਸ਼੍ਰੀ ਅਕਾਲ। ਪਿੰਡ ਦੌਲਤਪੁਰਾ ਨੀਵਾਂ ਦੀ ਗੱਲ ਕੀਤੀ ਜਾਵੇ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਉਮੀਦਾਂ ਔਰ ਕਿਹੜੇ ਕਿਹੜੇ ਪਿੰਡ ਦੇ ਕੰਮ ਆ ਜਿਹੜੇ ਹੋਣ ਵਾਲੇ ਆ? ਪਿੰਡ ਦੇ ਕੰਮ ਤਾਂ ਸਾਡੇ ਥੋੜ੍ਹੇ ਰਹਿ ਗਏ, ਤਕਰੀਬਨ ਅੱਗੇ ਨੂੰ ਬਹੁਤ ਜ਼ਿਆਦਾ ਹੋ ਗਏ ਆ ਜੀ। ਇੱਕ ਤਾਂ ਸਾਡੀ ਸੜਕ ਮੇਨ ਰਹਿੰਦੀ ਹੈ ਬਣਨ ਵਾਲੀ, 3 ਕਿਲੋਮੀਟਰ ਦਾ ਟੋਟਾ ਅਸੀਂ ਉਹਦੀ ਮੰਗ ਰੱਖੀ ਆ। ਇੱਕ ਸਾਡੇ ਪਿੰਡਾਂ ਦੇ ਵਿੱਚ ਨਹਿਰੀ ਪਾਣੀ ਦੀ ਕਮੀ ਹੈ, ਨਹਿਰੀ ਪਾਣੀ ਦੇ ਮੋਗੇ ਵੱਡੇ ਕੀਤੇ ਜਾਣੇ ਚਾਹੀਦੇ, ਨਹਿਰਾਂ ਵੱਡੀਆਂ ਹੋਣੀਆਂ ਚਾਹੀਦੀਆਂ, ਸਾਨੂੰ ਪੈਪ ਲੈਣਾ ਪੈਣੀਆਂ ਚਾਹੀਦੀਆਂ ਜੀ। ਹੋਰ ਪਿੰਡ ਦੇ ਸਾਡੇ ਬਹੁਤ ਵਿਖਾਦੇ, ਜਿੰਨੀਆਂ ਵੀ ਸਾਡੀਆਂ ਸਾਰੀਆਂ ਸਾਂਝੀਆਂ ਜਗ੍ਹਾ ਦੇ ਵਿੱਚ 400 ਵੋਲਟ ਵਾਲੇ ਬੋਰ ਕਰਕੇ, ਸਮਰਸੀਬਲ ਮੋਟਰਾਂ ਪਾ ਕੇ ਅਤੇ ਟੈਂਕੀਆਂ ਉੱਪਰ ਬਣਾ ਕੇ ਅਤੇ ਫਰਿੱਜਾਂ ਲਾ ਕੇ ਪਿੰਡ ਨੂੰ ਠੰਡਾ ਪਾਣੀ ਪੀਣ ਵਾਸਤੇ ਸੁਖਦਾਇਕ ਬਣਾਇਆ ਗਿਆ। 3 ਸਾਡੇ ਪਿੰਡ ਦੇ ਵਿੱਚ ਸਕੂਲ ਚੱਲ ਰਹੇ ਆ, ਇੱਕ ਦਰਸ਼ ਸਕੂਲ ਹੈ, ਇੱਕ ਪ੍ਰਾਇਮਰੀ ਸਕੂਲ ਹੈ, ਇੱਕ +2 ਦਾ ਸਕੂਲ ਹੈ, ਜਿਨ੍ਹਾਂ ਦੀ ਕਿ ਬਹੁਤ ਵਧੀਆ ਪੜ੍ਹਾਈ ਚੱਲ ਰਹੀ ਹੈ ਅਤੇ ਬਹੁਤ ਵਧੀਆ ਕੰਮ ਚੱਲ ਰਿਹਾ। ਜੇ ਕਿਸੇ ਟੀਚਰ ਦੀ ਕਮੀ ਹੁੰਦੀ ਹੈ ਉਹਦੇ ਵਿੱਚ, ਅਸੀਂ ਪਿੰਡ ਵਾਲੇ ਕੁਛ ਮੋਹਤਵਾਰ ਬੰਦੇ ਆਪਦੇ ਕੋਲੋਂ ਪੈਸੇ ਇਕੱਠੇ ਕਰਕੇ ਮਹੀਨਾ 2-2 ਮਹੀਨੇ ਉਹਨੂੰ ਤਨਖਾਹ ਦੇ ਕੇ +2 ਦੇ ਬੱਚਿਆਂ ਦੀ ਪੜ੍ਹਾਈ ਕਰਾਉਂਦੇ। ਕੋਈ ਸੈਰਗਾਹ ਵਗੈਰਾ ਹੈ ਬਜ਼ੁਰਗਾਂ ਦੇ ਸੈਰ ਕਰਨ ਨੂੰ ਜਾਂ ਪੰਚਾਇਤੀ ਘਰ ਹੋਵੇ, ਗਲੀਆਂ ਨਾਲੀਆਂ ਪੱਕੀਆਂ ਸਾਰੀਆਂ? ਹਾਂਜੀ, ਗਲੀਆਂ ਨਾਲੀਆਂ ਸਾਰੀਆਂ ਪੱਕੀਆਂ ਜੀ, ਇੰਟਰਲੋਕ ਸਾਰੀਆਂ ਗਲੀਆਂ 'ਚ ਲੱਗ ਚੁੱਕੀ। ਹੁਣ ਅਸੀਂ ਸਾਈਡਾਂ 'ਤੇ ਇੰਟਰਲੋਕ ਲਾਉਣੀ ਚਾਹੁੰਦੇ ਹਾਂ ਸੜਕਾਂ ਦੇ, ਉਹ ਸਾਡੇ ਮੇਨ ਇੱਕ ਰੋਡ 'ਤੇ ਲੱਗਣੀ ਸ਼ੁਰੂ ਹੈ ਜੀ। ਸੈਰ ਕਰਨ ਵਾਸਤੇ ਸਾਡੇ ਛੋਟਾ ਜਿਹਾ ਪਾਰਕ ਬਣਿਆ ਹੋਇਆ, ਵੀਰ ਜੀ ਤੁਸੀਂ ਕੀ ਕਹੋਗੇ ਕਿਸ ਤਰ੍ਹਾਂ ਦੇ ਵਿਕਾਸ ਹੋਣੇ ਚਾਹੀਦੇ? ਸਾਡੀ ਤਾਂ ਡਰੇਨ ਸਾਫ਼ ਹੋਣੀ ਚਾਹੀਦੀ ਹੈ ਜਾਂ ਪੱਕੀ ਬਣਨੀ ਚਾਹੀਦੀ ਹੈ ਹਰ ਸਾਲ। ਹੋਰ ਠੀਕ ਹੈ ਜੀ। ਪੀਣ ਲਈ ਪਾਣੀ ਦੀ ਸਮੱਸਿਆ, ਕੋਈ ਖੇਤੀ ਲਈ ਪਾਣੀ ਦੀ? ਬਿਲਕੁਲ ਠੀਕ ਆ। ਜਦੋਂ ਇਹ ਗੰਦਾ ਪਾਣੀ ਵਿੱਚ ਚਲਿਆ ਜਾਂਦਾ ਇਹ, ਉਦੋਂ ਸਾਨੂੰ ਸਮੱਸਿਆ ਹੁੰਦੀ ਆ। ਹਾਂ, ਉਹ ਤਾਂ ਠੀਕ ਹੈ। ਕੋਈ ਹੋਰ ਬਿਜਲੀ ਪਾਣੀ ਦੀ ਕੋਈ ਸਮੱਸਿਆ? ਕੋਈ ਸਮੱਸਿਆ ਨਹੀਂ ਸਾਨੂੰ। ਕਿਸ ਤਰ੍ਹਾਂ ਦੀ ਉਮੀਦ ਹੈ ਜਿਹੜਾ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਰਿਜ਼ਲਟ ਆਊਗਾ, ਉਸ ਤੋਂ ਕਿਸ ਤਰ੍ਹਾਂ ਦੀ ਉਮੀਦ ਹੈ? ਚੰਗੀਆਂ ਉਮੀਦਾਂ ਹਨ। ਪਹਿਲੇ ਜਿਹੜੇ ਸਰਪੰਚ ਰਹੇ ਨੇ ਜਾਂ ਪਹਿਲਾਂ ਪੰਚਾਇਤ ਰਹੀ ਹੈ, ਉਹਨਾਂ ਵੱਲੋਂ ਕੋਈ ਕੰਮ ਕੀਤੇ ਗਏ ਵਿਕਾਸ? ਨਹੀਂ, ਕੁਛ ਨਹੀਂ ਕੀਤਾ ਗਿਆ। ਹਾਂ, ਆਹ ਜਿਹੜਾ ਹੁਣ ਬੰਦਾ ਖੜਾਉਣੇ, ਇਸੇ ਕਰਕੇ ਖੜਾਉਣ ਲੱਗੇ ਹਾਂ। ਇਹ ਵਧੀਆ ਬੰਦਾ, ਇਹ ਕੰਮ ਦੀ ਬਾਬਤੀ ਖੜਾਉਣ ਲੱਗੇ ਨਾ, ਕਿਉਂਕਿ ਇੱਕ ਉਮੀਦਾਂ ਹੁੰਦੀਆਂ ਨਾ ਜਦੋਂ ਪਿੰਡਾਂ ਦੀ ਸਰਕਾਰ ਚੁਣੀ ਜਾਂਦੀ ਹੈ, ਇਹਨਾਂ ਚੋਣਾਂ ਤੋਂ ਹੀ ਉਮੀਦਾਂ ਹੁੰਦੀਆਂ। ਬਸ ਠੀਕ ਆ, ਜੋ ਕੁਛ ਹੋਈ ਜਾਂਦਾ ਵਧੀਆ ਹੋਈ ਜਾਂਦਾ, ਬਸ ਵਧੀਆ ਹੋਈ ਜਾਂਦਾ। ਵੀਰ ਜੀ ਤੁਸੀਂ ਕੀ ਕਹੋਗੇ ਕਿ ਕਿਸ ਤਰ੍ਹਾਂ ਦੇ ਪਿੰਡ ਦੇ ਵਿੱਚ ਵਿਕਾਸ ਹੋਣੇ ਚਾਹੀਦੇ ਆ, ਕੀ ਉਮੀਦਾਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ? ਵੀਰ ਜੀ ਖਾਲਸਾ, ਵੀਰ ਜੀ ਕੀ ਫਤਿਹ। ਮੈਂ ਗੁਰਨਾਮ ਸਿੰਘ, ਨੰਬਰਦਾਰ ਮੌਜੂਦਾ। ਸਾਡੇ ਪਿੰਡ ਵਿੱਚ ਜੋ ਕੰਮ ਹੋਇਆ ਵਧੀਆ ਹੋਇਆ, ਪਹਿਲਾਂ ਨਾਲ ਸਰਪੰਚ ਵੀ ਠੀਕ ਠਾਕ ਰਿਹਾ ਅਤੇ ਉਹਨੇ ਵੀ ਕੰਮ ਚੰਗੇ ਕੀਤੇ। ਇਹ ਮੁੰਡਾ ਵੀ ਬਹੁਤ ਕੰਮ ਕਰੀ ਜਾਂਦਾ ਵਧੀਆ। ਸਾਡੇ ਗਲੀਆਂ ਵੀ ਬਹੁਤ ਨੇ, ਲੋਕਡਾਊਨ ਲੈਣੇ ਵੀ ਲਵਾਤੀ, ਉਹਨੇ ਵੀ ਲਵਾਈ ਹੈ। 1-2 ਗਲੀਆਂ ਰਹਿੰਦੀਆਂ, ਉਹ ਵੀ ਸਾਡੀਆਂ ਬਣ ਜਾਣਗੀਆਂ। ਭਾਅ ਜੀ ਉਹ ਦੱਸੋ ਕਿਹੜੇ ਕਿਹੜੇ ਕੰਮ ਰਹਿੰਦੇ ਆ, ਕੰਮ ਤੁਸੀਂ ਕੀ ਚਾਹੁੰਦੇ ਹੋ ਵੀ ਆਹ ਕੰਮ ਹੋਣਾ ਚਾਹੀਦਾ? ਹੋਣਾ ਚਾਹੀਦਾ, ਇੱਕ ਤਾਂ ਸਾਡੇ ਇਹੀ ਆ ਵੱਡੀ ਮੰਗ ਤਾਂ ਸਾਡੀ ਇਹੀ ਹੈ ਸੀਵਰੇਜ ਦੀ, ਅਤੇ ਸਾਡੇ ਇੱਕ ਨਹਿਰੀ ਪਾਣੀ ਦੀ ਅਤੇ ਪੈਪ ਲਾਈਨਾਂ ਦੀ, ਅਤੇ ਇੱਕ ਸਾਡੀ ਸੜਕ ਆ 3 ਕਿਲੋਮੀਟਰ ਵਾਟ ਦੌਲਤਪੁਰੇ ਤੋਂ ਸ਼ੰਕਰਾਪੁਰੀ ਕਾਲੀ ਵਾਲੇ ਤੱਕ, ਇਹ ਬਣਨੀ ਚਾਹੀਦੀ। ਸਾਨੂੰ ਗਊਸ਼ਾਲਾ ਜਾਣਾ ਸੌਖਾ ਹੋ ਜਾਵੇ, ਅਤੇ ਦੂਜੀ ਸਾਡੇ ਵੀ ਹੋਰ ਸਾਰੇ ਕੰਮ ਸਹੀ ਆ ਜਿਹੜੀਆਂ, ਕੋਈ 1-2 ਗਲੀਆਂ ਰਹਿੰਦੀਆਂ ਸਾਡਾ ਮੁੰਡਾ ਸਰਪੰਚ ਬਣ ਕੇ ਬਣਾ ਦੂਗਾ, ਸਾਨੂੰ ਇਹ 'ਤੇ ਮਾਣ ਹੈ। ਸਰਪੰਚ ਤੁਸੀਂ ਇਹਨਾਂ ਨੂੰ ਬਣਾਉਣਾ ਹੈ? ਹਾਂਜੀ। ਵੀਰ ਜੀ ਨੌਜਵਾਨ ਹੋ, ਕਿਸ ਤਰ੍ਹਾਂ ਦਾ ਵਿਜ਼ਨ ਰੱਖਦੇ ਹੋ, ਕਿਸ ਤਰ੍ਹਾਂ ਦੀ ਸੋਚ ਰੱਖਦੇ ਹੋ? ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਸਾਡੇ ਪਿੰਡ ਆਏ ਚੱਲ ਕੇ, ਸਾਡੇ ਲਈ ਮਾਣ ਵਾਲੀ ਗੱਲ ਆ। ਅਤੇ ਦੂਸਰਾ ਕੰਮ ਪਹਿਲਾਂ ਵੀ ਪਿਛਲੀਆਂ ਸਰਕਾਰਾਂ 'ਚ ਪੰਚਾਇਤਾਂ 'ਚ ਵੀ ਹੋਏ ਆ, ਅਤੇ ਐਕਤੀ ਸਾਨੂੰ ਆਸ ਆ ਵੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਅਤੇ ਅਸੀਂ ਚਲੋ ਪਿੰਡ ਦੇ ਕਾਰਜ ਕਰੀ ਜਾਂਦੇ ਹਾਂ, ਵੀ ਉਦੋਂ ਜ਼ਿਆਦਾ ਹੀ ਕਰੀਏ, ਪਿੱਛੇ ਨਾ ਰਹਿ ਜਾਈਏ। ਅਤੇ ਜਿੰਨਾ ਕੁ ਟਾਈਮ ਹੁਣ ਤੁਹਾਨੂੰ ਪਤਾ ਹੀ ਆ ਵੀ ਪੰਚਾਇਤਾਂ ਭੰਗ ਸੀ, ਉਦੋਂ ਬਾਅਦ ਪ੍ਰਬੰਧਕ ਲੱਗੇ ਸੀਗੇ, ਉਹ ਸਾਡੇ ਪਿੰਡ ਦੇ ਕਿਸੇ ਵੀ ਇੱਕ ਇੱਕ ਬੰਦੇ ਤੋਂ ਪੁੱਛ ਲਿਓ ਬਈ ਸਾਡੇ ਪਿੰਡ 'ਚ ਕਿੰਨੇ ਕੁ ਕੰਮ ਹੋ ਚੁੱਕੇ ਆ, ਬਈ ਕਿੰਨੀ ਕੁ ਤੇਜ਼ੀ ਨਾਲ ਹੋ ਰਹੇ ਆ, ਉਹ ਸਾਡੇ ਪਿੰਡ ਦਾ ਇੱਕ ਇੱਕ ਬੰਦਾ ਉਹ ਚੀਜ਼ ਦਾ ਗਵਾਹ। ਵਿਕਾਸ ਜਿਹੜੇ ਹੋ ਚੁੱਕੇ ਆ ਉਹ ਹੋ ਚੁੱਕੇ ਆ, ਕਿਹੜੇ ਕਿਹੜੇ ਰਹਿੰਦੇ ਆ, ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਸੁਣਨ ਨੂੰ ਆਉਂਦਾ ਗਲੀਆਂ ਨਾਲੀਆਂ ਦੀ ਸਮੱਸਿਆ ਹੁੰਦੀ ਹੈ, ਪੀਣ ਵਾਲੇ ਪਾਣੀ ਦੀ ਸਮੱਸਿਆ ਹੁੰਦੀ ਹੈ, ਜਾਂ ਨਿਕਾਸੀ ਨਹੀਂ ਹੁੰਦੀ, ਸੀਵਰੇਜ ਦਾ ਪਾਣੀ ਦੀ ਨਿਕਾਸੀ ਨਹੀਂ ਹੁੰਦੀ, ਕਿਹੜੇ ਕਿਹੜੇ? ਦੇਖੋ ਗਲੀਆਂ ਨਾਲੀਆਂ ਤਾਂ ਸਾਡੇ ਪਿੰਡ 'ਚ ਤਕਰੀਬਨ 90% ਕੰਪਲੀਟ ਹੀ ਆ, ਅਤੇ ਹੁਣ ਗਲੀਆਂ ਨਾਲੀਆਂ ਤੋਂ ਅਸੀਂ ਉੱਪਰ ਉੱਠ ਕੇ ਆਪਦੇ ਪਿੰਡ ਲਈ ਕੁਛ ਕਰਨਾ ਚਾਹੁੰਦੇ ਹਾਂ। ਅਤੇ ਦੂਸਰਾ ਸਾਡੇ ਪਿੰਡ 'ਚ ਮੁਹੱਲਾ ਕਲੀਨਿਕ ਵੀ ਬਣ ਚੁੱਕਿਆ, ਜੋ ਆਮ ਆਦਮੀ ਪਾਰਟੀ ਦੀ ਦੇਣ ਆ, ਅਤੇ ਸਰਕਾਰੀ ਸਕੂਲ ਆ ਸਾਡੇ ਪਲੱਸ ਟੂ ਤੱਕ, ਉਹਦੇ 'ਚ ਵੀ ਨਵੀਆਂ ਬਿਲਡਿੰਗਾਂ ਦਾ ਕੰਮ ਚੱਲ ਰਿਹਾ। ਅਤੇ ਇੱਕ ਸਮੱਸਿਆ ਆ ਰਹੀ ਸੀਗੀ, ਸਾਡੇ ਵਾਟਰ ਬਾਕਸ ਜੋ ਟੈਂਕੀ ਹੁੰਦੀ ਆ ਉਹ ਪਿਛਲੇ ਲੰਮੇ ਸਮੇਂ ਤੋਂ ਬਣੀ ਸੀ ਅਤੇ ਹਾਲਤ ਤਰਸਯੋਗ ਸੀ, ਉਹਦਾ ਪ੍ਰੋਸੀਜਰ ਚੱਲ ਰਿਹਾ, ਅਤੇ ਸਾਨੂੰ ਪੂਰਾ ਮਾਣ ਆ ਬਈ ਸਰਕਾਰ ਸਾਡਾ ਸਾਥ ਦੇਊ ਕਿ ਜਲਦੀ ਅਸੀਂ ਨਵਾਂ ਵਾਟਰ ਬਾਕਸ ਦੀ ਟੈਂਕੀ ਅਸੀਂ ਆਪਦੇ ਪਿੰਡ 'ਚ। ਪਾਣੀ ਦੀ ਟੈਂਕੀ ਇੱਕੋ ਹੀ ਹੈ? ਹਾਂ ਇੱਕੋ ਹੀ ਆ, ਇੱਕੋ ਵਧੀਆ ਜਿਹੜੀ ਉਹ ਪਾਣੀ ਦੀ ਟੈਂਕੀ, ਇੱਕ ਅਸੀਂ ਵੀ ਦੇਖੀ ਹੈ, ਬਹੁਤ ਹੀ ਜ਼ਰਜ਼ਰ ਹਾਲਤ ਆ ਉਹੀ ਟੈਂਕੀ। ਹਾਂ ਬਸ ਉਹਦਾ ਕੰਮ ਚੱਲ ਰਿਹਾ ਬਸ ਹੁਣ, ਅਤੇ ਆ ਬਸ ਆਉਣ ਵਾਲੇ ਸਮੇਂ 'ਚ ਜਲਦੀ ਕੰਪਲੀਟ ਕਰਵਾ ਦਾਂ। ਪਰ ਉਹ ਟੈਂਕੀ ਦੀ ਬਹੁਤ ਦੇਰ ਤੋਂ ਹਾਲਤ ਇਸ ਤਰ੍ਹਾਂ, ਉਹ ਕਿਸੇ ਵੀ ਸਮੇਂ ਡਿੱਗ ਸਕਦੀ ਆ, ਅਸੀਂ ਵੀ ਹਾਲਾਤ ਉਹਦੇ ਦੇਖੇ ਆ, ਉਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੋ ਜੂਗੀ? ਨਹੀਂ ਅਸੀਂ ਮੰਨ ਲਓ ਉਹ ਵਾਟਰ ਬਾਕਸ ਸਪਲਾਈ ਵਾਲਿਆਂ ਨਾਲ ਗੱਲ ਹੋਈ ਵੀ ਆ, ਉਹਨਾਂ ਨੇ ਉਹਦੇ 'ਚ ਪਾਣੀ ਬੰਦ ਕੀਤਾ ਹੋਇਆ ਵਿਆ, ਇਸ ਟਾਈਮ ਉਹ ਚੱਲ ਨਹੀਂ ਰਹੀ, ਅਤੇ ਸਿੱਧੀ ਮੋਟਰ ਤੋਂ ਸਪਲਾਈ ਚੱਲ ਰਹੀ ਆ, ਜੋ ਆਪਣੇ ਗਲੀਆਂ ਨਾਲੀਆਂ 'ਚ ਪਾਈਪਾਂ ਆ ਰਹੀਆਂ, ਇਸ ਟੈਂਕੀ ਦੀ ਸਪਲਾਈ ਇਸ ਟਾਈਮ ਬੰਦ ਆ ਸਾਨੂੰ। ਜਦੋਂ ਇਹ ਪਿਛਲੇ ਮਹੀਨੇ ਕੁ ਦਾ ਹੀ ਹੋਇਆ ਜਦੋਂ ਹੀ ਸਾਡੇ ਧਿਆਨ 'ਚ ਗੱਲ ਆਈ ਸੀ ਬਈ ਟੈਂਕੀ ਆਪਣੀ ਡਿੱਗਣ ਦਾ ਖਤਰਾ, ਜੋ ਨਾਲ ਸਾਡੇ ਰੇਸ਼ੀ ਏਰੀਆ ਵੀ ਆ। ਅਤੇ ਬਸ ਤਕਰੀਬਨ ਇਹੀ ਆ ਕਿ ਇੱਕ ਸਾਡੇ ਪਿੰਡ ਦੀ ਲੰਮੇ ਸਮੇਂ ਤੋਂ ਮੰਗ ਆ ਸੀਵਰੇਜ ਦੀ, ਉਹ ਅਸੀਂ ਵਾਅਦਾ ਕਰਦੇ ਪਿੰਡ ਵਾਲਿਆਂ ਨਾਲ, ਸਾਡੀ ਪੰਚਾਇਤ ਵਾਅਦੇ ਤਾਂ ਚਲੋ ਤੁਸੀਂ ਚੋਣਾਂ ਦੇ ਵਿੱਚ ਬਹੁਤ ਵਾਅਦੇ ਹੁੰਦੇ ਆ, ਪੂਰੇ ਹੋਣਗੇ ਉਦੋਂ ਪਤਾ ਲੱਗੂਗਾ ਪਿੰਡ ਵਾਲਿਆਂ ਨੂੰ। ਦੇਖੋ ਇਹ ਚੀਜ਼ ਗਵਾਹ, ਜਿੰਨੇ ਕੁ ਅਸੀਂ ਵਾਅਦੇ ਕੀਤੇ ਵੀ ਨਹੀਂ ਸੀਗੇ ਉਦੋਂ, ਇਸ ਟਾਈਮ ਜੇ ਤੁਹਾਨੂੰ ਗਣਾਵਾਂ 12-13 ਕੰਮ ਸਾਡੇ ਵੱਡੇ ਜਿਹੜੇ ਪਿੰਡ 'ਚ ਹੋ ਚੁੱਕੇ ਆ। ਇੱਕ ਮੇਨ ਵੱਡਾ ਕੰਮ ਆ ਜੋ ਪਿਛਲੇ 40-45 ਸਾਲਾਂ ਤੋਂ ਨਹੀਂ ਹੋਇਆ, ਸਾਡੇ ਪਿੰਡ ਕੋਲ ਆਪਦੀ 25 ਕਿੱਲੇ ਜ਼ਮੀਨ ਆ, ਜਿਹਦੇ 'ਚ ਪਾਣੀ ਦੀ ਸਪਲਾਈ ਹੈਣੀ ਸੀ, ਅਤੇ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਮੰਨ ਲਓ ਵਾਹੀ ਕਰਦੇ ਸੀ, ਜਿਨ੍ਹਾਂ ਦੇ ਖੇਤ ਨਾਲ ਲੱਗਦੇ ਸੀ, ਉਹ ਐਕਤੀ ਸਾਡੇ ਮਾਣਯੋਗ MLA ਡਾਕਟਰ ਅਮਨਦੀਪ ਕੌਰ ਅਰੋੜਾ ਜੀ ਵੱਲੋਂ ਮੰਨ ਲਓ ਹਰੀ ਝੰਡੀ ਦੇ ਕੇ, ਅਤੇ ਉਹਦੇ 'ਚ ਪਰਸੋਂ ਉਦਘਾਟਨ ਹੋਇਆ। ਉਹਦੇ 'ਚ ਇਸ ਟਾਈਮ 700 ਫੁੱਟ ਵਾਲਾ ਬੋਰ, ਅੰਡਰਗਰਾਊਂਡ ਪਾਈਪਲਾਈਨ, ਅਤੇ ਵੱਡੀਆਂ ਮੋਟਰਾਂ ਇਸ ਟਾਈਮ 25 ਕਿੱਲੇ ਸਾਡੇ ਪਹਿਲੀ ਵਾਰ ਹੋਇਆ ਪਿਛਲੇ 50 ਸਾਲਾਂ ਤੋਂ ਕਿ ਦੌਲਤਪੁਰੇ ਨੀਵੇਂ ਦੇ ਹੀ ਵਸਨੀਕ ਉਹ ਪੈਲੀ 'ਚ ਵਾਹੀ ਕਰ ਰਹੇ ਆ। ਨਹੀਂ ਪਿਛਲੇ ਲੰਮੇ ਸਮੇਂ ਤੋਂ ਆਮ ਹੋਰਾਂ ਪਿੰਡਾਂ ਦੇ ਲੋਕ ਮੰਨ ਲਓ ਉੱਥੇ ਵਾਹੀ ਕਰਦੇ ਸੀ, ਇਹ ਸਾਡੇ ਪਿੰਡ ਲਈ ਮਾਣ ਵਾਲੀ ਗੱਲ। ਚਲੋ ਬਹੁਤ ਮਾਣ ਵਾਲੀ ਗੱਲ ਦੱਸੀ ਹੈ ਬਜ਼ੁਰਗ, ਤੁਸੀਂ ਬੜੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹੋਵੋਗੇ, ਕਈ ਪੰਚਾਇਤੀ ਚੋਣਾਂ ਦੇਖੀਆਂ ਹੋਣਗੀਆਂ, ਕਈ ਕੰਮ ਵੀ ਦੇਖੇ ਹੋਣੇ ਆ, ਸਰਪੰਚਾਂ ਨੇ ਕੀਤੇ ਹੋਣੇ ਆ, ਕਿਹੜੇ ਕਿਹੜੇ ਕੰਮ ਹੈ ਤੁਸੀਂ ਸਮਝਦੇ ਵੀ ਹੋਣੇ ਚਾਹੀਦੇ? ਅਸੀਂ ਤਾਂ ਬਾਲਾ ਤਾਂ ਇਹੀ ਕਹਿੰਦੇ ਵੀ ਨਹਿਰਾਂ ਦਾ ਪਾਣੀ ਸਾਨੂੰ ਬਹੁਤ ਘੱਟ ਮਿਲਦਾ, ਖਾਲੇ ਸਾਰੇ ਟੱਠੇ ਪਏ ਆ, ਨਹਿਰਾਂ ਦਾ ਪਾਣੀ ਘੱਟ ਆ, ਮੋਗੇ ਛੋਟੇ ਆ, ਪਾਣੀ ਨਹੀਂ ਦਿੰਦੇ, ਨਹਿਰ ਵੱਡੀ ਕਰੀ ਜਾਵੇ ਇਹ, ਦੋਨੇ ਦਾ ਸਾਡੀਆਂ ਵੱਡੀਆਂ ਹੋ ਜਾਣ, ਸਾਡੇ ਪਾਈਪਲਾਈਨ ਨੱਪੇ, ਖਾਲੇ ਨਹੀਂ ਖੜਦੇ, ਅਤੇ ਪਾਣੀ ਦੀ ਸਮੱਸਿਆ ਜ਼ਿਆਦਾ ਆਈ ਖੜੀ ਆ, ਬਸ ਪਾਣੀ ਤੋਂ ਬਿਨਾਂ ਅਸੀਂ ਮਰਦੇ ਹਾਂ। ਪਾਣੀ ਕਿਹੜੇ ਨਹਿਰੀ ਪਾਣੀ ਦੀ ਸਮੱਸਿਆ ਹੈ ਜਾਂ ਪੀਣ ਵਾਲੇ ਪਾਣੀ ਦੀ? ਨਹਿਰੀ ਦੀ ਪੀਣ ਵਾਲਾ ਪਾਣੀ ਮਿਲਦਾ, ਪਾਣੀਆਂ ਦੇ ਉਹ ਟੈਂਕੀ ਆ ਬਸ ਉਹ ਬਣ ਜੂਗੀ, ਉਹਦਾ ਆਈ ਜਾਂਦਾ। ਗਲੀਆਂ ਨਾਲੀਆਂ ਦੀ ਕੋਈ ਸਮੱਸਿਆ ਹੋਵੇ ਹੋਰ ਬਜ਼ੁਰਗਾਂ ਨੂੰ ਕਿਤੇ ਆ ਜਾਣ? ਬਥੇਰੀਆਂ ਬਣੀ ਜਾਂਦੀਆਂ,
ਇਹ ਤਾਂ ਜਿਹੜੇ ਸਰਪੰਚ ਆਉਂਦੇ ਪਹਿਲਾਂ ਗਲੀਆਂ ਨਾਲੀਆਂ ਦੇ ਹੁੰਦੇ ਸਾਰੇ, ਬਹੁਤ ਬਣੀ ਜਾਂਦੀਆਂ। ਬਿਲਕੁਲ ਵਿਕਾਸ ਹੋ ਵੀ ਰਿਹਾ ਅਤੇ ਵਿਕਾਸ ਦੀ ਮੰਗ ਵੀ ਕਰਦੇ ਆ। ਹੋਰ ਮੇਰੇ ਵੀਰ ਇੱਧਰ ਬੈਠੇ ਨੇ, ਇਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ ਕੀ ਕਹਿਣਾ ਇਹਨਾਂ ਦਾ। ਨੌਜਵਾਨ ਵੀਰ ਹੈ, ਵੇਖ ਕੇ ਥੋੜ੍ਹਾ ਜਿਹਾ ਭੱਜ ਜਾਂਦੇ ਨੇ ਕਿਉਂਕਿ ਆਪਣੀ ਗੱਲ ਰੱਖਣਾ ਇਹਨਾਂ ਮੁੱਦਿਆਂ ਦੇ ਵਿੱਚ ਇੱਕ ਗੱਲ ਰੱਖ ਸਕਦੇ ਹੋ ਤੁਸੀਂ ਚੋਣਾਂ ਦੇ ਵਿੱਚ। ਵੀਰ ਜੀ ਕੀ ਕਹੋਗੇ, ਕਿਸ ਤਰ੍ਹਾਂ ਦੀਆਂ ਉਮੀਦਾਂ ਹੁੰਦੀਆਂ ਚੋਣਾਂ ਨੂੰ ਲੈ ਕੇ ਅਤੇ ਕੀ ਵਿਕਾਸ ਕਰਿਆ? ਵਿਕਾਸ ਤਾਂ ਜੀ ਸਾਡੇ ਪਿੰਡ ਦਾ ਵਧੀਆ ਹੋਇਆ। ਪਹਿਲਾਂ ਵਾਲੇ ਸਰਪੰਚ ਨੇ ਵੀ ਸਾਡੇ ਕਾਂਗਰਸੀ ਸਰਪੰਚ ਸੀਗਾ, ਉਹਨੇ ਵਧੀਆ ਵਿਕਾਸ ਕੀਤਾ ਜੀ। ਅਤੇ ਜਿਹੜਾ ਹੁਣ ਅਸੀਂ ਆਹ ਮੁੰਡਾ ਖੜਿਆ ਝਾੜੂ ਵਾਲੇ ਵੱਲੋਂ, ਇਹ ਵੀ ਮੁੰਡਾ ਬਹੁਤ ਵਧੀਆ ਕੰਮ ਕਰਦਾ ਪਿਆ। ਇੱਕ ਤਾਂ ਕਹਿੰਦੇ ਨੇ ਬਣ ਕੇ ਕਰਦੇ ਆ, ਇਹ ਪਹਿਲਾਂ ਹੀ ਕਰ ਰਿਹਾ। ਬਾਈ ਤੁਸੀਂ ਸਾਰੇ ਝਾੜੂ ਵਾਲੇ ਲੱਗਦੇ ਮੈਨੂੰ? ਨਹੀਂ ਨਹੀਂ, ਮੈਂ ਤਾਂ ਅਕਾਲੀ ਦਲ ਦਾ ਬੰਦਾ ਜੀ, ਅਕਾਲੀ ਦਲ ਦਾ ਮਾਟ ਜੀ ਵੀ ਅਕਾਲੀ ਦਲ ਦੇ, ਅਕਾਲੀ ਦਲ ਦੇ ਆ। ਸਾਨੂੰ ਫੋਨ ਵੀ, ਅਸੀਂ ਉਹ ਜਿਹਾ ਕੋਈ ਨਹੀਂ ਝਾੜੂ ਵਾਲੇ ਨਹੀਂ ਗੇ, ਜਿੱਥੋਂ ਮਰਜ਼ੀ ਪੁੱਛ ਲਓ ਅਕਾਲੀ ਦਲ ਨਾਲ। ਪਰ ਅਸੀਂ ਜਿਹੜਾ ਮੁੰਡਾ ਕੰਮ ਕਰ ਰਿਹਾ, ਸਰਕਾਰ ਉਹਦੀ ਆ, ਅਸੀਂ ਉਹਨੂੰ ਬਣਾਉਣਾ ਚਾਹੁੰਦੇ ਹਾਂ ਵੀ ਉਹ ਕੰਮ ਕਰੇ ਪਿੰਡ ਦੇ ਵਿੱਚ। ਸਾਡੇ ਨਾਲ ਕਾਂਗਰਸੀ ਸਰਪੰਚ ਵੀ ਫਿਰਦਾ ਸਾਬਕਾ, ਅਸੀਂ ਅਕਾਲੀ ਦਲ ਵਾਲੇ ਹਾਂ, ਅਸੀਂ ਹੈਗੇ ਮੁੰਡੇ ਨਾਲ ਇਹਦੇ ਨਾਲ। ਕੀ ਕੰਮ ਕੀ ਹੋਣੇ ਚਾਹੀਦੇ? ਆਪਾਂ ਤਾਂ ਕੰਮਾਂ ਦੇ ਬਾਰੇ ਪੁੱਛ ਰਹੇ ਹਾਂ ਵੀ ਪਹਿਲਾਂ ਕੰਮ ਕੀ ਹੋਣੇ ਚਾਹੀਦੇ ਆ। ਮੁੰਡੇ ਨਾਲ ਤੁਸੀਂ ਹੈਗੇ ਹੋ, ਉਹ ਵੋਟਾਂ ਦੇ ਵਿੱਚ ਪਤਾ ਲੱਗ ਜੂਗਾ ਕੌਣ ਕਿਹਦੇ ਨਾਲ ਹੈ, ਲੇਕਿਨ ਕੰਮ ਕਿਹੜੇ ਹੋਣੇ ਚਾਹੀਦੇ? ਕੰਮ ਤਾਂ ਜੀ ਜਿਵੇਂ ਮੰਨ ਲਓ ਹੁਣ ਤਕਰੀਬਨ ਸਾਡੀਆਂ ਗਲੀਆਂ ਤਾਂ ਬਣ ਗਈਆਂ, ਗਲੀਆਂ ਨਾਲੀਆਂ ਹੁੰਦੀਆਂ ਇਹ ਪਿੰਡਾਂ 'ਚ, ਇਹ ਰੁਲਿਆ ਰਹਿੰਦਾ ਬੰਦਾ ਕੰਮ, ਪਰ ਵਧੀਆ ਹੋ ਗਿਆ ਸਾਰਾ ਕੰਮ। ਹੁਣ ਅਸੀਂ ਸਾਡੀ ਸਮੱਸਿਆ ਇੱਕ ਇੱਥੋਂ ਟੋਟਾ ਥੋੜ੍ਹਾ ਜਿਹਾ ਬੰਨ ਵਾਲਾ ਸੜਕ ਵੀ ਉਹ ਬਣ ਜੇ, ਅਤੇ ਉਹ ਮੈਡਮ ਸਾਨੂੰ ਕੱਲ੍ਹ ਪਰਸੋਂ ਇਹਦੇ ਘਰ ਆਈ ਸੀ, ਉਹ ਕਹਿ ਕੇ ਗਏ ਆ ਵੀ ਅਸੀਂ ਬਣਾ ਦਾਂਗੇ। ਸੀਵਰੇਜ ਦੀ ਸਮੱਸਿਆ ਹੈ? ਸੀਵਰੇਜ ਦੀ ਹੈਗੀ, ਪਰ ਐਡੀ ਵੱਡੀ ਸਮੱਸਿਆ ਹੈ ਨਹੀਂ ਜੀ, ਪਾਣੀ ਵਾਲੀ ਪੀਣ ਦੀ ਸਮੱਸਿਆ। ਹਾਂ ਨਾ, ਉਹਦੀ ਵੀ ਹੈ ਜੀ। ਟੈਂਕੀ ਜਿਹੜੀ ਹੈ ਕਾਫੀ ਲੰਬੇ ਸਮੇਂ ਤੋਂ ਜਿਹੜੀ ਹਾਲਤ, ਹਾਂਜੀ ਇਹਦੀ ਬਹੁਤ ਜ਼ਿਆਦਾ ਆ ਜੀ। ਟੈਂਕੀ ਦੀ ਸਾਡੇ ਨਾ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਜੀ, ਸਮੱਸਿਆ ਬਹੁਤ ਆ ਰਹੀ ਆ। ਬਹੁਤ ਘਰਾਂ ਦੇ ਵਿੱਚ ਬੋਰ ਹੈ ਨਹੀਂ ਅਤੇ ਉਹ ਟੈਂਕੀ ਤੋਂ ਪਾਣੀ ਆਉਂਦਾ, ਹੁਣ ਕਈਆਂ ਦੇ ਘਰਾਂ 'ਚ ਉਹ ਜਾ ਨਹੀਂ ਰਿਹਾ ਪਾਣੀ, ਟੁੱਲੂ ਪੰਪ ਲਾਉਂਦੇ ਆ ਵਿਚਾਰੇ। ਪਰ ਇਹ ਜਿੰਨੀ ਜਲਦੀ ਹੋ ਸਕੇ ਇਹ ਕਰਨਾ ਚਾਹੀਦਾ। ਇਹ ਤੋਂ ਇਲਾਵਾ ਹੋਰ ਵੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ? ਇੱਕ ਖੇਡ ਸਟੇਡੀਅਮ ਜ਼ਰੂਰ ਹੋਣਾ ਚਾਹੀਦਾ, ਸਟੇਡੀਅਮ ਹੈ ਸਾਡੇ ਪਿੰਡ, ਜਿਹੜੇ ਬੱਚਿਆਂ ਨੂੰ ਗਰਾਊਂਡ ਕੋਈ ਨਹੀਂ ਗੀ, ਹਾਂ ਪਲੇ ਗਰਾਊਂਡ ਹੋਣੀ ਚਾਹੀਦੀ ਹੈ ਜਿੱਥੇ ਸਾਰੇ ਸ਼ਾਮ ਨੂੰ ਬੱਚੇ ਖੇਡਣ, ਮੁੰਡੇ ਕੁੜੀਆਂ ਸਾਂਝੇ ਖੇਡਣ, ਇਹੋ ਜਿਹਾ ਗਰਾਊਂਡ ਹੋਣਾ ਚਾਹੀਦਾ, ਬਹੁਤ ਵਧੀਆ। ਬਜ਼ੁਰਗ ਤੁਸੀਂ ਤਾਂ ਲੰਬਾ ਸਮਾਂ ਇਹਨਾਂ ਚੀਜ਼ਾਂ 'ਚ ਵਿਚ ਰਹੇ ਹੋ, ਕਿਸ ਤਰ੍ਹਾਂ ਦੇ ਵਿਕਾਸ ਇੱਥੇ ਹੋਣੇ ਚਾਹੀਦੇ ਹੈ, ਔਰ ਪਿੰਡ ਕਿੱਡਾ ਕੁ ਵੱਡਾ ਹੈ, ਔਰ ਉਹਦੇ ਹਿਸਾਬ ਨਾਲ ਵਿਕਾਸ ਪੂਰੇ ਹੈਗੇ ਕਿ ਨਹੀਂ ਹੈਗੇ? ਨਹੀਂ, ਜਿਵੇਂ ਜਿਵੇਂ ਹੈ, ਜਿਵੇਂ ਕਾਂਗਰਸ ਵਾਲਿਆਂ ਨੇ ਜਿੰਨਾ ਸੀ ਉਹਨਾਂ ਨੇ ਕੀਤਾ, ਪਰ ਇਸ 'ਤੇ ਸਾਨੂੰ ਬਹੁਤ ਹੀ ਜ਼ਿਆਦਾ ਉਮੀਦ ਹੈ ਵੀ ਇਸ ਮੁੰਡਾ ਬਹੁਤ ਤਕੜਾ ਵਰਕਰ ਹੈ। ਅਤੇ ਜੇ ਹੁਣ ਅਸੀਂ ਕਹੀਏ ਅਸੀਂ ਅਕਾਲੀ ਹੈ, ਅਸੀਂ ਉਹਨੂੰ ਵੋਟ ਡਟ ਕੇ ਪਾਉਣੀ ਹੈ ਅਤੇ ਇਹ ਕੰਮ ਵੀ ਕਰਨਾ, ਸਰਕਾਰ ਵੀ ਇਹਦੀ ਹੈ, ਕੰਮ ਵੀ ਕਰੂਗਾ, ਕਰ ਵੀ ਰਿਹਾ। ਅਤੇ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਸੀ ਐੱਮ ਸਾਹਿਬ ਨੇ ਵੀ ਐਲਾਨ ਕੀਤਾ ਕਿ ਜਿਹੜਾ ਪਿੰਡ ਸਰਬਸੰਮਤੀ ਨਾਲ ਪੰਚਾਇਤੀ ਚੁਣੂਗਾ ਉਹਨੂੰ ਇਨਾਮ ਵੀ ਦਿੱਤਾ। ਹਾਂਜੀ ਹਾਂਜੀ, ਇਹ ਤਾਂ ਹੈ ਵੀ 5 ਲੱਖ ਦੇਊਗਾ ਅਤੇ ਸਟੇਡੀਅਮ ਹੋਣਾ ਚਾਹੀਦਾ ਦੇਣਾ ਹੈ। ਜੇ ਸਹਿਮਤੀ ਹੋ ਜਾਏ ਤਾਂ ਬਹੁਤ ਹੀ ਵਧੀਆ ਗੱਲ ਹੈ, ਇੱਕ ਤਾਂ ਅਸੀਂ ਪਾਰਟੀ ਤੋਂ ਉੱਪਰ ਉੱਠ ਕਰਾਂਗੇ ਭਾਈ, ਜਿਹੜੀ ਸਾਡੇ 'ਚ ਪਾਰਟੀਬਾਜ਼ੀ ਨਹੀਂ ਹੋਊਗੀ, ਲੜਾਈਆਂ ਝਗੜੇ ਨਹੀਂ ਹੋਣਗੇ, ਨਹੀਂ ਤਾਂ ਜਿਹੜੀਆਂ ਵੋਟਾਂ ਦੇ ਵਿੱਚ ਜਿਹੜੇ ਆ, ਕਿਉਂਕਿ ਇਹਨਾਂ ਵੋਟਾਂ ਦੇ ਵਿੱਚ ਬਹੁਤ ਲੜਾਈ ਝਗੜੇ ਹੁੰਦੇ ਆ, ਹੋ ਜਾਂਦੇ ਆ, ਦਿਲ ਦੂਰ ਹੋ ਜਾਂਦੇ ਆ, ਹੌਲੀ ਹੌਲੀ ਦਿਲ ਰਲਦੇ ਆ, ਬਹੁਤ ਔਖਾ ਹੋ ਜਾਂਦਾ ਇਹਦੇ ਨਾਲ। ਵੀਰ ਤੁਸੀਂ ਕੀ ਕਹੋਗੇ ਹੁਣ, ਤੁਸੀਂ ਤੁਹਾਡੇ ਤੋਂ ਵੀ ਪੁੱਛ ਲੈਂਦੇ ਹਾਂ ਕਿਸ ਤਰ੍ਹਾਂ ਦੇ ਵਿਕਾਸ ਕਰ ਰਹੇ ਰਹਿੰਦੇ ਆ, ਸਾਫ਼ ਸਫਾਈ ਹੈਗੀ ਹੈ ਪਿੰਡਾਂ ਦੇ ਵਿੱਚ ਜਾਂ ਹੋਰ ਗਲੀਆਂ ਨਾਲੀਆਂ ਬਣੀਆਂ? ਸਾਫ਼ ਸਫਾਈ ਸਾਡੇ ਪਿੰਡ 'ਚ ਫੁੱਲ ਆ ਜੀ, ਕੋਈ ਪਾਣੀ ਦੀ ਏਡੀ ਸਮੱਸਿਆ ਨਹੀਂ, ਪਾਣੀ ਸਾਡੇ ਛੱਪੜਾਂ 'ਚ ਜਾਂਦੇ ਆ, ਕਿਤੇ ਸਾਡੇ ਪਾਣੀ ਖੜਦਾ ਨਹੀਂ। ਸੀਵਰੇਜ ਹੈਗਾ? ਸੀਵਰੇਜ ਹੈ ਨਹੀਂ, ਸਾਡੇ ਨਾਲੇ ਵਧੀਆ ਪੱਕੇ ਬਣੇ ਹੋਏ ਆ, ਕੁਛ ਹੁਣ ਬਣੀ ਜਾਂਦੇ ਆ। ਪਰ ਸਾਨੂੰ ਸਮੱਸਿਆ ਇੱਕ ਗਰਾਊਂਡ ਦੀ ਆ ਬੱਚਿਆਂ ਦੇ ਖੇਡਣ ਨੂੰ, ਸਾਡੇ ਗਰਾਊਂਡ ਹੈ ਨਹੀਂ ਗਾ, ਸਟੇਡੀਅਮ ਗਰਾਊਂਡ ਸਾਡੇ ਇਹ ਚੀਜ਼ਾਂ ਹੈ ਨਹੀਂ ਆ ਵੀ ਕੋਈ ਜਿਹੜੇ ਕ੍ਰਿਕਟ ਖੇਡਦੇ ਉਹ ਵੀ ਔਖੇ ਆ, ਸਾਡੇ ਪਿੰਡ ਦੇ ਖਿਡਾਰੀ ਬਹੁਤ ਆ, ਬੱਚੇ ਬਹੁਤ ਚਾਹਵਾਨ ਆ, ਪਰ ਸਾਡੇ ਸਟੇਡੀਅਮ ਦੇ ਗਰਾਊਂਡ ਤੋਂ ਬਿਨਾਂ ਬੱਚੇ ਪਛਾਣ ਰਹਿ ਜਾਂਦੇ ਆ। ਹਰ ਵਾਰ ਸਾਨੂੰ ਇਹ ਸਮੱਸਿਆ ਆਉਂਦੀ ਆ, ਅਸੀਂ ਕਹਿੰਦੇ ਸਾਨੂੰ ਇਹ ਸਰਪੰਚ ਬਣਾਈਏ ਅਸੀਂ, ਅਤੇ ਸਾਨੂੰ ਗਰਾਊਂਡ ਦੇਵੇ ਕਿਤੇ ਬਣਾ ਕੇ, ਸਟੇਡੀਅਮ ਬਣਾ ਕੇ ਦੇਣ ਸਾਨੂੰ। ਖੇਡ ਸਟੇਡੀਅਮ ਦੀ ਵੱਡਾ ਮੁੱਦਾ ਵੀਰ ਜੀ, ਤੁਸੀਂ ਕੀ ਕਹੋਗੇ ਕਿ ਕਿਸ ਤਰ੍ਹਾਂ ਦੀ ਉਮੀਦਾਂ ਤੁਹਾਨੂੰ ਇਸ ਚੋਣਾਂ ਤੋਂ ਲੈ ਕੇ, ਔਰ ਕਿਹੜੇ ਕਿਹੜੇ ਕੰਮ ਹੈ ਜਿਹੜੇ ਹੋਣੇ ਚਾਹੀਦੇ ਆ? ਅਸੀਂ ਤਾਂ ਚਾਹੁੰਦੇ ਵੀ ਮੋਗੇ ਹਾਲੇ ਕੋਲ, ਤੁਹਾਨੂੰ ਸਭ ਨੂੰ ਪਤਾ ਵੀ ਪਾਣੀ ਦੀ ਪ੍ਰੋਬਲਮ ਹੈ,
ਵੀ ਇਸ ਤੁਹਾਡੇ ਚੈਨਲ ਦੇ ਜ਼ਰੀਏ ਹੀ ਸੀ ਐਮ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਵੀ ਸਾਡੇ ਨਹਿਰੀ ਪਾਣੀ ਵਧਾਇਆ ਜਾਵੇ, ਕਿਉਂਕਿ ਖੇਤਾਂ ਲਈ ਸਿੰਚਾਈ ਪਾਣੀ ਵਰਤਿਆ ਜਾਵੇ, ਪਾਈਪਲਾਈਨ ਪਵਾਈ ਜਾਵੇ, ਨਹਿਰਾਂ ਵੱਡੀਆਂ ਕੀਤੀਆਂ ਜਾਣ, ਅਤੇ ਸਾਡੀ ਤਾਂ ਇਹੀ ਮੰਗ ਹੈ ਜੀ। ਹੋਰ ਕੋਈ ਸਮੱਸਿਆ ਹੈ ਪਿੰਡ ਦੇ ਵਿੱਚ? ਇੰਟਰਲੋਕ ਲੱਗੀਆਂ ਹੋਈਆਂ, ਗਲੀਆਂ ਨਾਲੀਆਂ ਪੱਕੀਆਂ, ਪੀਣ ਵਾਲੇ ਪਾਣੀ ਦੀ ਸਮੱਸਿਆ? ਪੀਣ ਵਾਲੇ ਸਮੱਸਿਆ ਹੀ ਪਾਣੀ ਪਾਣੀ ਡੂੰਘੇ ਹੁੰਦੇ ਜਾਂਦੇ ਆ, ਯਾਨੀ ਉਹ ਤਾਂ ਠੀਕ ਹੈ, ਗਲੀਆਂ ਨਾਲੀਆਂ ਸਾਡੀ ਬਣ ਰਹੀਆਂ ਚੱਲ ਰਹੀਆਂ, ਉਹ ਤੋਂ ਚੱਲੀ ਜਾਣਾ ਜੀ ਕੰਮ। ਬਾਕੀ ਪ੍ਰੋਬਲਮ ਨਹਿਰੀ ਪਾਣੀ ਦੀ ਸਾਨੂੰ ਜ਼ਿਆਦਾ ਜੀ, ਸੀਵਰੇਜ ਵੀ ਤੁਹਾਡੇ ਇਸ ਏਰੀਏ ਪਿਆ ਹੋਇਆ, ਬਾਕੀ ਪਿੰਡ ਦੇ ਵਿੱਚ ਵੀ ਸੀਵਰੇਜ ਦੀ ਪ੍ਰੋਬਲਮ ਹੈਗੀ ਆ ਜੀ। ਪਾਣੀ ਦੀ ਟੈਂਕੀ ਬੜੀ ਖਰਾਬ ਹੈ, ਬਾਈ ਨੂੰ ਪੁੱਛ ਲੈਂਦੇ ਹਾਂ ਬਾਈ, ਘਰੇ ਵਾਟਰ ਬਕਸ ਦਾ ਪਾਣੀ ਆਉਂਦਾ? ਸਾਡੇ ਆਉਂਦਾ ਹੀ ਨਹੀਂ ਬਾਈ। ਆਉਂਦਾ ਨਹੀਂ, ਕੀ ਹੋਣਾ ਚਾਹੀਦਾ ਬਾਈ? ਇਹ ਹੀ ਆ, ਨਾਲ ਟੂਟੀਆਂ ਦਾ ਪਾਣੀ ਆਵੇ ਵੱਧ, ਔਖੇ ਬਹੁਤ ਲੋਕ। ਕਿੰਨੀ ਦੇਰ ਤੋਂ ਔਖੇ? ਔਖੇ ਬਥੇਰੇ, ਕਈਆਂ ਦੇ ਬੋਰ ਹੀ ਹੈ ਨਹੀਂ ਗਾ, ਕਿਤੇ ਟੂਟੀ ਆਉਂਦੀ ਕਿਤੇ ਨਹੀਂ ਵੀ ਆਉਂਦੀ। ਹੋਰ ਕਿਹੜੀ ਕਿਹੜੀ ਸਮੱਸਿਆ ਆ ਰਹੀ ਹੈ ਪਿੰਡ ਦੇ ਵਿੱਚ? ਹੋਰ ਤਾਂ ਸਹੀ ਆ ਵਾ, ਠੀਕ ਆ। ਪਾਣੀ ਵੱਡੀ ਪੀਣ ਵਾਲੇ ਪਾਣੀ? ਪਾਣੀ ਪੀਣ ਵਾ ਇਹੀ ਆ, ਟੂਟੀਆਂ ਦਾ ਪਾਣੀ ਆਉਂਦਾ ਨਹੀਂ ਹੈ ਚੱਜ ਨਾਲ, ਕਈ ਤਾਂ ਬਹੁਤ। ਜਿਨ੍ਹਾਂ ਦੇ ਬੋਰ ਹੈ ਉਹਨਾਂ ਨੂੰ ਤਾਂ ਕੋਈ ਸਮੱਸਿਆ ਨਹੀਂ, ਜਿਨ੍ਹਾਂ ਦੇ ਬੋਰ ਹੈ ਨਹੀਂ ਉਹਨਾਂ ਨੂੰ ਆ ਬਾਈ, ਹੈ ਨਹੀਂ ਕਿਸੇ ਦੇ ਵੀ, ਵਿਰਲਿਆਂ ਦੇ ਹੀ ਆ ਬੋਰ। ਬਿਲਕੁਲ, ਇਹ ਪਿੰਡ ਦੌਲਤਪੁਰਾ ਨੀਵਾਂ ਦੇ ਲੋਕ ਨੇ ਜਿਹੜੇ ਕਿ ਤੁਹਾਨੂੰ ਦੱਸ ਰਹੇ ਨੇ ਕਿ ਸਮੱਸਿਆ ਕੀ ਹੈ ਪਿੰਡ ਦੇ ਵਿੱਚ। ਹਾਲਾਂਕਿ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪਿੰਡ ਦੇ ਵਿੱਚ ਵਿਕਾਸ ਕਈ ਹੋਏ ਹੋਏ ਨੇ ਅਤੇ ਕਈ ਰਹਿੰਦੇ ਨੇ, ਕਿਉਂਕਿ ਖੇਡ ਸਟੇਡੀਅਮ ਵੱਡਾ ਮੁੱਦਾ ਦੱਸਿਆ ਜਾ ਰਿਹਾ, ਪਾਣੀ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਹਾਲਾਂਕਿ ਪਾਣੀ ਦੇ ਪਿੰਡ ਦੇ ਵਿੱਚ ਪਾਣੀ ਦੀ ਇੱਕ ਟੈਂਕੀ ਹੈ ਜਿਹੜੀ ਕਾਫੀ ਜ਼ਰਜ਼ਰ ਹਾਲਤ ਦੇ ਵਿੱਚ ਹੈ, ਉਹ ਵੀ ਪਾਣੀ ਉਹਨਾਂ ਦੇ ਘਰ ਜਾਂਦਾ ਜਿਨ੍ਹਾਂ ਦੇ ਸਮਰਸੀਬਲ ਲੱਗੇ ਹੋਏ ਆ। ਜਿਨ੍ਹਾਂ ਦੇ ਸਮਰਸੀਬਲ ਨਹੀਂ ਲੱਗੇ ਹੋਏ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਵੀ ਵੱਡੀ ਸਮੱਸਿਆ ਹੈ। ਇਹਨਾਂ ਸਮੱਸਿਆ ਨੂੰ ਲੈ ਕੇ ਲੋਕ ਇੱਥੇ ਰੋਜ਼ਾਨਾ ਇਕੱਠੇ ਹੁੰਦੇ ਆ, ਗੱਲਾਂ ਬਾਤਾਂ ਕਰਦੇ ਆ ਕਿ ਅਗਰ ਪੰਚਾਇਤ ਆਏਗੀ ਪਿੰਡ ਦੇ ਵਿੱਚ, ਨਵੀਂ ਸਰਕਾਰ ਬਣੇਗੀ ਪਿੰਡ ਦੀ, ਨਵੀਂ ਸਰਕਾਰ ਬਣੇਗੀ ਤਾਂ ਕਿਹੜੇ ਕਿਹੜੇ ਮੁੱਦੇ ਹੋਣੇ ਚਾਹੀਦੇ ਆ, ਉਹ ਮੁੱਦੇ ਲੈ ਕੇ ਇਹ ਲੋਕ ਆਪਣੇ ਸਰਪੰਚ ਕੋਲ, ਆਪਣੇ ਉਮੀਦਵਾਰ ਕੋਲ ਜਾਂਦੇ ਨੇ ਤਾਂ ਕਿ ਸਾਡੇ ਪਿੰਡ ਦਾ ਵਿਕਾਸ ਹੋ ਸਕੇ। ਜਿਹੜਾ ਲੇਕਿਨ ਜਿਹੜਾ ਵਿਕਾਸ ਹੈ ਪਿੰਡਾਂ ਦੇ ਵਿੱਚ ਕਾਫੀ ਹੋਣ ਵਾਲਾ, ਅਗਰ ਗੰਦਗੀ ਦੀ ਗੱਲ ਕੀਤੀ ਜਾਵੇ, ਸਾਫ਼ ਸਫਾਈ ਦੀ ਗੱਲ ਕੀਤੀ ਜਾਵੇ, ਨਹਿਰੀ ਪਾਣੀ ਦੀ ਗੱਲ ਕੀਤੀ ਜਾਵੇ, ਔਰ ਪਿੰਡਾਂ ਦੀਆਂ ਸੜਕਾਂ ਦੀ ਗੱਲ ਕੀਤੀ ਜਾਵੇ, ਹੁਣ ਦੇਖਣਾ ਇਹ ਹੋਵੇਗਾ ਕਿ ਪੰਚਾਇਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿਹਦੀ ਸਰਕਾਰ ਬਣਦੀ ਹੈ ਔਰ ਕੰਮ ਕਿੰਨਾ ਕੁ ਹੁੰਦਾ ਹੈ। ਦੀਪਕ ਸਿੰਗਲਾ, ਨਿਊਜ਼ 18 ਮੋਗਾ।